ਜੋ ਕਹਿੰਦੇ ਆ ਜਾਂ ਤੂੰ ਉਹ ਕਰ, ਫਿਰ ਜੇ ਤੈਨੂੰ ਕੋਈ ਲੋੜ ਘਾਟ ਆ ਜਾਵੇ, ਕੋਈ ਕਮੀ ਆ ਜਾਵੇ, ਫਿਰ ਸਾਨੂੰ ਕਹੋ। ਅਤੇ ਜਿਹੜੇ ਤੂੰ ਆਪ ਕਰਨੇ ਨੇ, ਆਈ ਉਹ ਚਿੰਟਰ ਫਿਰ ਕਿਉਂ ਆਇਆ ਆਪਣੇ ਵਿੱਚ ਅਸੀਂ ਆਈਏ, ਕੀ ਸਾਨੂੰ ਫਾਇਦਾ ਤੇਰੇ ਨਾਲ? ਕਿਉਂ ਕਿ ਸਾਡੇ ਖਿਆਲ ਦੇ ਲਈ ਜਿੰਨੇ ਵੀ ਵੱਡੇ ਵੱਡੇ ਜਦੋਂ ਰੱਬੀ ਇਲਾਮ ਹੋਏ ਨੇ, ਅਸੀਂ ਰੱਬ ਨਹੀਂ, ਰੱਬ ਦੇ ਬੰਦੇ ਹਾਂ, ਸਾਨੂੰ ਰੱਬ ਗਾਈਡ ਕਰਦਾ ਪਲ ਪਲ 'ਤੇ, ਅਸੀਂ ਰੱਬ ਦੇ ਬੰਦੇ ਹਾਂ, ਅਸੀਂ ਕੋਈ ਪਾਠ ਪੂਜਾ ਕਰਾਵਣ ਲਈ ਨਹੀਂ ਆਏ, ਤੁਹਾਨੂੰ ਕੋਈ ਪੰਥ ਦੇਣ ਲਈ ਆਏ ਹਾਂ, ਪਥ ਦੇਣ ਲਈ ਆਏ ਹਾਂ, ਕੋਈ ਰਸਤਾ ਦੇਣ ਲਈ ਆਏ ਹਾਂ। ਜਿਹੜੇ ਰਸਤਿਆਂ ਤੁਸੀਂ ਖੁੰਝ ਚੁੱਕੇ ਸੋ, ਜਿਹਨੂੰ ਅਸੀਂ ਆਪਣੀ ਰਚਨਾ 'ਚ ਵੀ ਫਿਰ ਲਿਖਿਆ, ਬੂਲ ਗਿਓ ਬਚਨ ਗੁਰਬਣ ਕੇ ਦਿਓ ਫਿਰ ਸਮਝਾਏ, ਦਾਸ ਧਰਮ ਚੱਲਿਓ ਫਿਰ ਕਲਮ ਆਏ, ਜਿਹਦੇ ਸਾਈਂ ਦਰਸ਼ਨ ਅਗਮ ਗੁਸਾਈਂ। ਤੁਸੀਂ ਆਪਣੇ ਬ੍ਰਾਹਮਾ ਤੋਂ ਭੁੱਲ ਗਏ ਹੋ, ਖੁੰਝ ਗਏ ਹੋ, ਉਹ ਰਾਹ ਕਿਹੜੀ ਸੀ? ਇਨਸਾਨ ਨੀਤੀ ਦੀ। ਉਹ ਇਨਸਾਨੀਅਤ ਕਿਹੜੀ ਸੀ? ਇਨਸਾਨ ਐਕਚੁਅਲੀ ਇਨਸਾਨੀਅਤ ਕੀ ਚੀਜ਼ ਹੈ? ਆਪ ਕਮਾਓ, ਜੱਗ ਵਰਤਾਓ, ਅਤੇ ਜੋ ਵਰਤਾ ਕੇ ਬਚੇ ਉਹ ਖਾਓ, ਉਹ ਹੈ ਤੁਹਾਡੀ ਇਨਸਾਨ ਨੀਤੀ। ਜੇ ਪਹਿਲਾਂ ਆਪ ਖਾ ਲਓ, ਜਿਹੜਾ ਬਾਜੋ ਦੂਜੇ ਨੂੰ ਖਵਾਓ, ਉਹ ਹੈ ਤੁਹਾਡੀ ਹਵਾਨ ਨੀਤੀ। ਅਤੇ ਲੈਣਾ ਭਗਵਾਨ, ਅਤੇ ਫਿਰ ਭਗਵਾਨ ਨਾ ਖਾਂਦਾ, ਉਹ ਖਵਾਉਂਦਾ ਹੀ ਖਵਾਉਂਦਾ। ਤੁਸੀਂ ਰੱਬ ਦੇ ਅੱਗੇ ਕੜਾਹ ਪ੍ਰਸ਼ਾਦ ਬਣਾ ਕੇ ਰੱਖ ਦਿਓ, ਉਹ ਖਾਣ ਲੱਗ ਪਏਗਾ, ਉਹ ਥਾਲੀ ਉਸੇ ਭਰੀ ਰਹਿ ਜਾਣੀ ਹੈ। ਉਹ ਤਾਂ ਭੋਗ ਤੁਹਾਡੀ ਸ਼ਰਧਾ ਲੈਣੀ, ਹੁਣ ਪ੍ਰੇਮ ਲੈਣਾ,